ਐਸ ਵਕਤ ਕਿਸਾਨ ਨੂੰ ਹਰ ਹਰ ਪੱਖੋਂ ਮੁਸ਼ਕਿਲ ਹੀ ਮੁਸ਼ਕਲ ਨਜ਼ਰ ਆ ਰਹੀ ਆ ਫਸਲ ਜ਼ਿਮੀਦਾਰ ਦੀ ਪੱਕ ਕੇ ਤਿਆਰ ਹੋ ਗਈ ਆ ਤੇ ਲੇਬਰ ਦੀ ਇੰਨੀ ਜਿਆਦਾ ਤੰਗੀ ਪਰੇਸ਼ਾਨੀ ਆ ਐਸ ਵਕਤ ਜਿਹੜੇ ਘਰਾਂ ਦੇ ਕੰਮ ਸੰਕੋਚਣੇ ਆ ਉਹ ਵੀ ਜ਼ਿਮੀਦਾਰ ਨੂੰ ਇੰਨੇ ਔਖੇ ਹੋ ਚੁੱਕੇ ਆ ਹਰ ਪੱਖੋਂ ਮਤਲਬ ਜਿਹੜਾ ਜ਼ਿਮੀਦਾਰ ਆ ਉਹਨਾਂ ਕੰਮਾਂ ਨੂੰ ਲੈ ਕੇ ਇੰਨਾ ਚਿੰਤਾ ਦੇ ਵਿੱਚ ਡੁੱਬਿਆ ਪਿਆ ਵਾ ਤੇ ਉਹਨੂੰ ਸਾਰੇ ਕੰਮ ਮਤਲਬ ਜਿਹੜੇ ਆ ਬਹੁਤ ਹੀ ਮਤਲਬ ਜਿਹੜੇ ਆ ਔਖੇ ਤਰੀਕੇ ਦੇ ਨਾਲ ਸਾਹਮਣੇ ਪੈਣ ਡੇ ਆ ਨਹੀਂ ਨਹੀਂ ਹਾਂ ਜਿਹੜੀ ਹੈ ਬਿਲਕੁਲ ਜਿਹੜੀ ਹੈ ਪੱਕੇ ਤਿਆਰ ਪੰਜਾਂ ਚੋਣ ਆਉਣ ਵਾਲੇ ਸਮੇਂ ਦੇ ਵਿੱਚ ਕਣਕ ਜਿਹੜੀ ਆ ਉਹ ਬਿਲਕੁਲ ਪੱਕੇ ਤਿਆਰ ਆ ਉਹਦੇ ਵਾਸਤੇ ਲੇਬਰ ਦੀ ਇੰਨੀ ਜ਼ਿਆਦਾ ਚਿੰਤਾ ਤੇ ਟੈਨਸ਼ਨ ਇਸ ਗੱਲ ਦੀ ਜਦ ਤੱਕ ਇਹਨੂੰ ਸਾਹਮਣੇ ਸੰਭਾਲਣ ਵਾਸਤੇ ਲੇਬਰ ਨਹੀਂ ਮਿਲੂਗੀ ਇਹ ਫਸਲ ਸਾਹਮਣੀ ਬਹੁਤ ਹੀ ਔਖੀ ਆ ਤੇ ਇਥੇ ਪਹਿਲਾਂ ਤੋਂ ਸਾਨੂੰ ਇਹ ਮੁਸ਼ਕਲ ਹੈ ਵੀ ਜਿਹੜੀ ਮਜ਼ਦੂਰ ਸਾਡੀ ਲੇਬਰ ਹੈ ਲੇਬਰ ਤੋਂ ਸਾਨੂੰ ਬਹੁਤ ਮੁਸ਼ਕਲ ਆ ਰਹੀ ਆ ਇਹ ਘਰਾਂ ਦੇ ਵਿੱਚ ਅਸੀਂ ਪੱਠਾ ਪਾਉਣ ਰਿਆਂ ਚਾਰਾ ਪਾਉਣ ਰਿਆਂ ਸਾਨੂੰ ਉਹਦੇ ਹੱਥ ਵੀ ਲੇਬਰ ਨਹੀਂ ਮਿਲ ਰਹੀ ਉਹ ਉਹ ਤੇ ਚਲੋ ਸੰਭਾਲੀ ਜਾਣੇ ਆ ਜਿਹੜੀ ਸਾਨੂੰ ਇਹ ਕਨਕਰੀ ਸਮੱਸਿਆ ਆ ਰਹੀ ਹੈ ਇਹਦੇ ਹੱਥੇ ਸਾਨੂੰ ਲੇਬਰ ਦਾ ਵੀ ਪ੍ਰਬੰਧ ਕੋਈ ਨਹੀਂ ਹੈਗਾ ਹੁਣ ਨਾਲ ਦੀ ਨਾਲ ਜਿਹੜਾ ਫਸਲ ਜਿਹੜੀ ਸਾਡੀ ساری ਪੱਕ ਕੇ ਆਈ ਤਿਆਰ ਖੜੀ ਆ ਉਹਦੇ ਨਾਲ ਦੀ ਨਾਲ ਜਿਹੜਾ ਸਾਨੂੰ ਮਸ਼ੀਨਾਂ ਦੇ ਬਾਅਦ ਮੁਸ਼ਕਲ ਆ ਰਹੀ ਆ ਵੀ ਮਸ਼ੀਨਾਂ ਜਿਹੜੀਆਂ ਮਹਾਰਾਸ਼ਟਰ ਦੇ ਵਿੱਚ ਹਰਿਆਣੇ ਦੇ ਵਿੱਚ ਯੂਪੀ ਫਸੀਆਂ ਪਈਆਂ ਉਹਨਾਂ ਨੂੰ ਸਰਕਾਰ ਨੂੰ ਸਰਕਾਰ ਨੂੰ ਇਹ ਚਾਹੀਦਾ ਵਾ ਵੀ ਉਹਨਾਂ ਨੂੰ ਪਾਸ ਦੇ ਕੇ ਜਿਹੜਾ ਪੰਜਾਬ ਦੇ ਵਿੱਚ ਮਗਾਇਆ ਜਾਵੇ ਤੇ ਜਿਹੜੀ ਇਹ ਫਸਲ ਆ ਸਾਡੀ ਫਸਲ ਜਿਹੜੀ ਐ ਇਹਨੂੰ ਸੰਭੀ ਜਾਵੇ ਕਟਾਈ ਹੋ ਜਾਂਦੀ ਨਾਲ ਤੇ ਹੋਰ ਚਿੰਤਾ ਸਾਨੂੰ ਇਹ ਵੀ ਮੰਡੀਆਂ ਦੇ ਵਿੱਚ ਕਿਵੇਂ ਜਿਹੜਾ ਵਾ ਫਸਲ ਦੀ ਢੋਆ ਢਵਾਈ ਕਰਨੀ ਆ ਸਰਕਾਰ ਕਹਿ ਰਹੀ ਆ ਵੀ ਕਰਫਿਊ ਆ ਇੱਕ ਤਾਂ ਕੱਟ ਜਿਹੜਾ ਭੀੜ ਨਹੀਂ ਕਰਨ ਦੇਣੀ ਤੇ ਉਹ ਵੀ ਅਸੀਂ ਮੰਡੀਆਂ ਚ ਲੈ ਕੇ ਜਾਣੀ ਆ ਉਹਦੇ ਵਾਸਤੇ ਵੀ ਲੇਬਰ ਚਾਹੀਦੀ ਆ ਤੂੜੀ ਬਣਾਉਣੀ ਆ ਬਹੁਤ ਸਾਰੀਆਂ ਜਿਹੜਾ ਲੇਬਰ ਦਾ ਕੰਮ ਐ ਜਿਹੜਾ ਉਹ ਲੇਬਰ ਕੋਲੋਂ ਵੀ ਸਾਨੂੰ ਜਿਹੜੀ ਮਾਰ ਪੈ ਰਹੀ ਆ